ਪੁਰਾਣੀਆਂ ਕਹਾਣੀਆਂ, ਪੁਰਾਣੇ ਬਾਬੇ, ਪੁਰਾਣੇ ਫਿਰਕੇ, ਪੁਰਾਣੇ ਬਜ਼ੁਰਗ, ਖਤਮ। ਕਿਆ ਔਰਤਾਂ ਘਰੋਂ ਮੇਂ ਇਤਕਾਫ ਕਰ ਸਕਤੀ ਹੈ? ਜੀ, ਔਰਤੋਂ ਕੋ ਘਰੋਂ ਮੇਂ ਇਤਕਾਫ ਕਰਨਾ ਚਾਹੀਏ, ਮਸਜਿਦ ਕੇ ਸ਼ਰੀਰ ਕੈਮਰੋਂ ਸੇ ਔਰ ਇਸਲਾਮੀ ਭਾਈਓ ਸੇ ਬਚਨੇ ਕਾ ਔਰ ਕੋਈ ਰਾਸਤਾ ਨਹੀਂ। ਹਾਂ, ਘਰੋਂ ਮੇਂ ਇਤਕਾਫ ਕਰ। ਨੇਕੀਆਂ ਕਰਨੇ ਕੇ ਬਾਵਜੂਦ ਦਿਲ ਮੁਤਮਈਨ ਨਹੀਂ ਹੋਤਾ, ਕੋਈ ਹਾਲ ਬਤਾ ਦੇ। ਦਿਲ ਮੁਤਮਈਨ ਉਸ ਤਰ੍ਹਾਂ ਕਾ ਮੁਤਮਈਨ ਤੋ ਅੱਲਾ ਨਾ ਕਰੇਗਾ ਕਭੀ ਹੋ ਕੇ ਆਪ ਉਸਕੇ ਬਾਅਦ ਕਹਿੰਗੇ ਬਸ ਹੁਣ ਬਹੁਤ ਹੋ ਗਈਆਂ ਨੇਕੀਆਂ। ਵਾਅਬੁਦ ਰੱਬਕਾ ਹੱਤਾ ਯਾਤੀ ਅਕਲ ਯਕੀਨ, ਹਾਂ, ਸੂਰੇ ਅਲ ਹਿਜਰ ਕੀ ਆਖਰੀ ਆਇਤ ਹੈ। ਇਬਾਦਤ ਕਰਤੇ ਰਹੋ ਆਪਣੇ ਰੱਬ ਕੀ ਯਹਾਂ ਤੱਕ ਕਿ ਤੁਮੇ ਯਕੀਨ ਯਾਨੀ ਮੌਤ ਆ ਜਾਏ। ਹਾਂ, ਕੁਰਾਨ ਮੇਂ ਯਕੀਨ ਮੌਤ ਕੇ ਲਿਏ ਆਇਆ, ਤੋ ਇਹ ਇਸੀ ਤਰੀਕੇ ਸੇ ਚੱਲਣਾ ਹੈ। ਇਤਮਨਾਨ ਆਪ ਕਿਸ ਕੋ ਕਹਤੇ ਹੈ, ਯਾਨੀ ਆਪ ਕਿਸ ਇਤਮਨਾਨ ਕੀ ਬਾਤ ਕਰ ਰਹੇ ਹੈ? ਅਗਰ ਆਪਨੇ ਕੋਈ ਇਤਮਨਾਨ ਕੀ ਆਪਣੀ ਤਰਫ ਸੇ ਕੋਈ ਡੈਫੀਨੇਸ਼ਨ ਰੱਖੀ ਹੋਈ ਹੈ, ਤੋ ਵੋ ਡੈਫੀਨੇਸ਼ਨ ਇਤਮਨਾਨ ਕੀ ਹੈ ਹੀ ਨਹੀਂ ਹੈ। ਇਤਮਨਾਨ ਸਿਰਫ ਇਲਮੀ ਤੌਰ ਪਰ ਆ ਸਕਤਾ ਹੈ। ਮੁਝੇ ਬਤਾਏ, ਜਿਨ ਸਾਹਬਾ ਕਰਾਮ ਕੀ ਜ਼ਿੰਦਗੀ ਜੰਗੋ ਸੇ ਇਬਾਰਤ ਥੀ, ਵੋ ਬੇਚਾਰੇ ਨਮਾਜ਼ ਮੇਂ ਕਿਤਨਾ ਸਕੂਨ ਹਾਸਿਲ ਕਰ ਲੇਤੇ ਹੋਂਗੇ, ਆਪ ਸੋਚ ਸਕਤੇ ਹੈਂ। ਸਹੀ ਬੁਖਾਰੀ ਮੇਂ ਹਜ਼ਰਤ ਉਮਰ ਕਹਤੇ ਹੈਂ ਕਿ ਬਾਜ਼ ਔਕਾਤ ਮੈਂ ਆਪਣਾ ਜੰਗੀ ਪਲਾਨ ਵੀ ਨਮਾਜ਼ ਕੀ ਹਾਲਤ ਮੇਂ ਕਰ ਰਹਾ ਹੋਤਾ ਹੂੰ। ਜ਼ਾਹਿਰ ਹੈ ਪੂਰੀ ਦੁਨੀਆ ਕੋ ਜਿਸਨੇ ਆਗੇ ਲਗਾਇਆ ਹੁਆ ਹੋ, ਤੋ ਆਪ ਕਿਆ ਸਮਝਤੇ ਹੈਂ ਉਸਕੀ ਨਮਾਜ਼ ਉਤਨੀ ਖੁਸ਼ੂ ਕੇ ਸਾਥ ਯੇ ਪੋਸੀਬਲ ਹੈ? ਜ਼ਾਹਿਰ ਹੈ ਹਕੂਮਤੀ ਮਾਮਲਾਤ ਦੇਖਣੇ ਹੈ, ਬਾਕੀ ਸਾਰੀ ਚੀਜ਼ਾਂ ਦੇਖਣੀ ਹੈ। ਇਸੀ ਲਈ ਦੇਖੇ ਖੁਸ਼ੂ ਔਰ ਖੁਜ਼ੂ ਕੋ ਕਹੀਂ ਵੀ ਨਮਾਜ਼ ਕਾ ਫਰਜ਼ ਨਹੀਂ ਕਰਾਰ ਦਿਆ ਗਿਆ। ਅਫਜ਼ਲੀਅਤ ਜ਼ਰੂਰ ਹੈ, ਲੇਕਿਨ ਨਮਾਜ਼ ਹੋਣੇ ਜਾਂ ਨਾ ਹੋਣੇ ਕਾ ਤਾਲੁਕ ਸਿਰਫ ਜ਼ਵਾਹਿਰ ਕੇ ਸਾਥ ਹੈ ਕਿ ਰਖਤੇ ਪੂਰੀ ਪੜ੍ਹੀ ਹੈ, ਸੂਰੇ ਫਾਤਿਹਾ ਪੜ੍ਹੀ ਹੈ ਕਿ ਨਹੀਂ ਪੜ੍ਹੀ, ਯੇ ਸਾਰੀ ਵੈਸੇ ਹੋਤੀ ਹੈ। ਕਿਉਂਕਿ ਅੱਲਾ ਕੋ ਵੀ ਪਤਾ ਥਾ ਯੇ 100% ਵੋ ਵਾਲੀ ਸਟੇਬਿਲਿਟੀ ਕਭੀ ਵੀ ਨਹੀਂ ਆ ਸਕਤੀ। ਸਾਹਬਾ ਇਕਰਾਮ ਮੇਂ ਨਹੀਂ ਆਈ, ਤੋ ਜੋ ਮੁਸਲਿਮ ਕੀ ਹਦੀਸ ਹੈ, ਹੰਜ਼ਲਾ ਮੁਨਾਫਿਕ ਹੋ ਗਿਆ ਜੋ ਉਹ ਚੀਖਤੇ ਹੋਏ ਸਾਹਬੀ ਆ ਰਹੇ ਥੇ, ਆਪਣੇ ਆਪ ਕੋ ਕਹਤੇ ਆ ਰਹੇ ਥੇ। ਹਜ਼ਰਤ ਅਬੂ ਬਕਰ ਰਾਸਤੇ ਮੇਂ ਮਿਲੇ, ਉਨਕਾ ਕਿਆ ਹੁਆ? ਉਨ੍ਹਾਂ ਨੇ ਕਿਹਾ ਜੀ ਦੇਖੇ ਜਬ ਤੱਕ ਹਜ਼ੂਰ ਕੇ ਪਾਸ ਬੈਠੇ ਹੋਤੇ ਹੈ ਤੋ ਲਗਤਾ ਹੈ ਕਿ ਯੇ ਜੰਨਤ ਔਰ ਯੇ ਜਹੰਨਮ, ਬੀਵੀ ਬੱਚੋਂ ਮੇਂ ਜਾਤੇ ਹੈ ਤੋ ਵੋ ਵਾਲੀ ਕੈਫੀਅਤ ਨਹੀਂ ਰਹਿਤੀ। ਤੋ ਹਜ਼ਰਤ ਅਬੂ ਬਕਰ ਨੇ ਕਿਹਾ ਤੁਮ ਯੇ ਤੋ ਮੇਰੇ ਸਾਥ ਵੀ ਇਸ ਤਰ੍ਹਾਂ ਹੀ ਹੋਤਾ ਹੈ। ਕਿਸ ਕੇ ਸਾਥ? ਜੋ ਟਾਪ ਕੇ ਚਾਰ ਬੰਦੋਂ ਮੇਂ ਆਤਾ ਹੈ, ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ, ਵੋ ਵੀ ਰੋਤੇ ਹੋਏ ਹਜ਼ੂਰ ਕੇ ਪਾਸ ਆਏ। ਹਜ਼ੂਰ ਨੇ ਫਰਮਾਇਆ ਇਸ ਤਰ੍ਹਾਂ ਨਹੀਂ ਹੋ ਸਕਤਾ, ਕਭੀ ਉੱਪਰ ਕਭੀ ਨੀਚੇ, ਐਸੇ ਹੋ ਨਹੀਂ ਸਕਤਾ, ਐਸਾ ਤੋ ਨਹੀਂ ਹੋਤਾ। ਹਾਂ, ਯਹੀ ਕਾਰਨ ਵੀ ਲਸਰਾਮ ਨੇ, ਐਸਾ ਹੋ ਨਹੀਂ ਸਕਤਾ। ਕਿਆ ਖਾਮੰਦ ਔਰ ਸ਼ੋਹਰ ਇਕੱਠੇ ਇੱਕ ਜੈਨਮਾਜ਼ ਪਰ ਨਮਾਜ਼ ਅਦਾ ਕਰ ਸਕਤੇ? ਯਾਨੀ ਇੱਕ ਜੈਨਮਾਜ਼ ਪੇ ਕੈਸੇ ਖੜੇ ਹੋਗੇ? ਵੋ ਕਿਤਨਾ ਚੌੜਾ ਕੋਈ ਜੈਨਮਾਜ਼ ਹੋਗਾ ਕਿ ਵੋ ਇਕੱਠੇ ਪੜੇ? ਮੇਰੇ ਖਿਆਲ ਦੋ ਜੈਨਮਾਜ਼ ਕਰੇ, ਯਾ ਵੋ ਜੋ ਅਗਰ ਇਤਨਾ ਬੜਾ ਹੈ ਉਸਕੋ ਸੈਂਟਰ ਸੇ ਦੋ ਕਰਕੇ, ਬੀਵੀ ਕੋ ਪਿੱਛੇ ਖੜੇ ਕਰਕੇ ਜਮਾਤ ਸੇ ਨਮਾਜ਼ ਪੜੇ। ਬੀਵੀ ਕੇ ਸਾਥ ਅਗਰ ਆਪਨੇ ਨਮਾਜ਼ ਜਮਾਤ ਕੇ ਸਾਥ ਕਾਇਮ ਕਰਨੀ ਹੈ, ਤੋ ਵੋ ਮਰਦ ਕੀ ਤਰ੍ਹਾਂ ਸਾਥ ਨਹੀਂ ਖੜੀ ਹੋਗੀ, ਚਾਹੇ ਆਪਕੀ ਮਹਿਰਮ ਵੀ ਹੈ ਵੋ ਪਿੱਛੇ ਖੜੀ ਹੋਗੀ, ਤੇ ਜ਼ਿਆਦਾ ਡੱਡ ਯੇ ਤੇ ਅੱਗੇ ਖੜਾ ਕਰ ਲੈਣਾ। ਘਰ ਕੀ ਬੂੜੀ ਔਰਤਾਂ ਹਰ ਵਕਤ ਯੇ ਗੁਮਾਨ ਕਰਤੀ ਹੈ ਕਿ ਬੱਚੋਂ ਪਰ ਜਾਦੂ ਟੂਣਾ ਹੁਆ ਹੈ। ਜ਼ਾਹਿਰ ਹੈ ਜੀ ਸਾਰਾ ਜਾਦੂ ਟੂਣਾ ਪਾਕਿਸਤਾਨ ਮੇਂ ਹੁਆ ਹੈ, ਜਿਤਨੇ ਨੌਜਵਾਨ ਹੈ ਹਾਰਡ ਆਰਾਮ ਹੈ ਔਰ ਉਹ ਕਹਿੰਦੇ ਜੀ ਬੰਦਿਸ਼ ਹੋਈ ਵੀ ਹੈ, ਇਹਨਾਂ ਨੂੰ ਮਾਰੋ ਲਿੱਤਰ, ਇਹਨਾਂ ਦੀ ਬੰਦਿਸ਼ ਖੁੱਲੇ, ਕੋਈ ਨਹੀਂ, ਸਭ ਸੁਸਤੀ ਹੈ ਇਨਕੀ। ਆਜ ਆਪ ਗੌਰਮੈਂਟ ਕੀ ਤਰਫ ਸੇ ਅਨਾਊਂਸਮੈਂਟ ਕਰੇ ਨਾ ਕਿ ਹਰ ਨਮਾਜ਼ ਕੇ ਬਦਲੇ $1,000 ਮਿਲੇਗਾ, ਤੋ ਆਪਕੋ ਬੇਨਮਾਜ਼ੀ ਵੀ ਮਸਜਿਦ ਕੀ ਪਹਿਲੀ ਸਫ਼ ਮੇਂ ਨਜ਼ਰ ਆਏਗਾ। ਇਹ ਸਭ ਆਪਣੇ ਆਪ ਕੋ ਧੋਖਾ ਦੇ ਰਹੇ ਹੋਤੇ ਹੈਂ। ਯੇ ਔਰਤੋਂ ਕੇ ਵਹਿਮੋ ਸੇ ਬਾਹਰ ਨਿਕਲੇ, ਸੁਬਹ ਸ਼ਾਮ ਕੇ ਅਜ਼ਕਾਰ ਕਰੇ, ਜੋ ਹਮਨੇ ਅਜ਼ਕਾਰ ਕਾਰਡ ਵੀ ਆਪਕੋ ਦੀਏ ਮੈਂ।